ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰੋਗਰਾਮ ਕਰਾਂਗੇ ਤੀਰਤ ਸਿੰਘ ਪਨਾਕਲ ਹਣੀ ਹਮੇਸ਼ਾ ਬਹੁਤ ਚੰਗੀ ਇਨਫੋਰਮੇਸ਼ਨ ਸਟੂਡੈਂਟਸ ਦੇ ਲਈ ਲੈ ਕੇ ਆਉਂਦੇ ਨੇ ਪਰ ਉਸ ਤੋਂ ਪਹਿਲਾਂ ਇਹ ਚੇਤਾਵਨੀ ਵੀ ਮੇਰੇ ਤੋਂ ਦਵਾਉਂਦੇ ਨੇ ਕਿ ਕੋਈ ਵੀ ਵਿਦਿਆਰਥੀ ਬਿਨਾਂ ਮਨਜ਼ੂਰਸ਼ੋਦਾ ਬਿਨਾਂ ਲਾਇਸੈਂਸ ਕੰਪਨੀ ਕੋਲੋਂ ਸਲਾਹ مشਵਰਾ ਨਾਲ ਉਹਦੇ ਨਾਲ ਤੁਹਾਡਾ ਨੁਕਸਾਨ ਹੋ ਜਾਂਦਾ ਹੈ ਔਰ ਇਸ ਤੋਂ ਬਚਣ ਦੀ ਲੋੜ ਹੈ ਹੁਣ ਸਵਾਲ ਇਹ ਹੈ ਕਿ ਜੇ ਤੁਹਾਨੂੰ ਕੈਨੇਡਾ ਤੋਂ ਕੰਡੀਸ਼ਨਲ ਐਲਓਏ ਮਿਲਦੀ ਹੈ ਜਾਂ ਐਲਓਏ ਤੇ ਕੰਡੀਸ਼ਨ ਲੱਗਦੀ ਹੈ ਤੇ ਫਿਰ ਕਿਹੜੇ ਕਿਹੜੇ ਪੰਗੇ ਪੈ ਸਕਦੇ ਨੇ ਇਹ ਬਹੁਤ ਖਤਰਨਾਕ ਸਥਿਤੀਆਂ ਸਾਡੇ ਸਟੂਡੈਂਟਸ ਨੂੰ ਸਮਝਣ ਦੀ ਲੋੜ ਹੈ ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਐਲਓਏ ਕਿਸੇ ਕੰਡੀਸ਼ਨ ਦੇ ਨਾਲ ਨਾ ਮਿਲੇ ਅਗਰ ਕੰਡੀਸ਼ਨ ਲੱਗਦੀ ਹੈ ਐਲਓਏ ਤੇ ਫਿਰ ਕੀ ਕਰਨਾ ਹੈ ਇਹ ਸਾਰਾ ਕੁਝ ਅੱਜ ਤੇਰਾ ਸਿੰਘ ਪੈਨਕਲ ਦੱਸਣਗੇ ਕਿਉਂਕਿ ਐਲਓਏ ਦੀ ਕੰਡੀਸ਼ਨ ਤੇ ਦੂਜੇ ਪਾਸੇ ਵੀਜ਼ਾ ਦੋਵੇਂ ਦੂਰ ਦੂਰ ਦੀਆਂ ਚੀਜ਼ਾਂ ਨੇ ਧੀਰਜ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਸੀ ਗਾਲ ਧੀਰਜ ਜੀ ਐਲਓਏ ਇੱਕ ਤਾਂ ਬਹੁਤ ਚੰਗੀ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਸਮਝਾਈਓ ਕਿ ਐਲਓਏ ਨੂੰ ਉਹ ਕਿਸ ਤਰ੍ਹਾਂ ਦੇਖਣ ਲੈਟਰ ਆਫ ਅਸੈਪਟੈਂਸ ਔਰ ਅਗਰ ਉਹਦੇ ਤੇ ਕੰਡੀਸ਼ਨ ਲੱਗਦੀ ਹੈ ਤੇ ਉਹਦਾ ਖਤਰਾ ਕੀ ਹੈ ਹਾਂ ਤੇ ਬਿਲਕੁਲ ਸਰ ਹਮੇਸ਼ਾ ਜਿਹਦਾ ਸਾਡਾ ਇਹ ਮੰਨਣਾ ਹੈ ਕਿ ਵੀਜ਼ਾ ਬੱਚੇ ਉਹਦਾ ਹੀ ਵੀਜ਼ਾ ਆਉਂਦਾ ਜਾਂ ਬੱਚਾ ਆਪ ਪੂਰੀ ਤਰ੍ਹਾਂ ਅਪਡੇਟ ਹੈਗਾ ਜਾ ਬੱਚੇ ਦਾ ਸਲਾਹਕਾਰ ਪੂਰੀ ਤਰ੍ਹਾਂ ਅਪਡੇਟ ਹੈਗਾ ਵਾ ਸੋ ਆ ਜਿਹੜੀਆਂ ਚੀਜ਼ਾਂ ਜੇ ਆਪਾਂ ਡਿਸਕਸ ਕਰਦੇ ਨੇ ਸਰ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਮੈਂ ਮੰਨ ਸਕਦਾ ਕਿ ਸਟੂਡੈਂਟ ਸਿਰਫ ਸੁਣਨਾ ਚਾਹੁੰਦੇ ਵੀਜ਼ਾ 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 ਸਟੂਡੈਂਟ ਨੂੰ ਨੌਲੇਜ ਨਹੀਂ ਲੈਣਾ ਚਾਹੁੰਦੇ ਪਰ ਬੇਟਾ ਮੈਂ ਕਹਿੰਦਾ ਕਿ ਲੋ ਨੌਲੇਜ ਅਸੀਂ ਤੱਕ ਇਹਨਾਂ ਨੂੰ ਨੌਲੇਜ ਦੇ ਰਹੇ ਆਂ ਬਾਕੀ ਇਹ ਤੁਹਾਡੀ ਮਰਜ਼ੀ ਆ ਬਟ ਮੈਂ ਕਹਿੰਦਾ ਇਸ ਵੀਡੀਓ ਨੂੰ ਜਰੂਰ ਸੁਣੋ ਤੁਹਾਡੇ ਕੰਮ ਦੀ ਵੀਡੀਓ ਜਦੋਂ ਰਿਫਿਊਜ਼ਲ ਲੱਗਦੀ ਹੈ ਨਾ ਫਿਰ ਉਦੋਂ ਬੰਦਾ ਕਹਿੰਦਾ ਆ ਕੰਸਲਟੈਂਟ ਨੇ ਮੇਰੇ ਕਰਕੇ ਹੋ ਗਈ ਪਰ ਬੇਟਾ ਮੈਂ ਕਹਿੰਦਾ ਕਿ ਆਪਣੇ ਆਪਾ ਕਰਮ ਇਮਾਨਦਾਰੀ ਨਾਲ ਮਿਹਨਤ ਦਿਖਦੇ ਜੇ ਕੀ ਹੈਗਾ ਲੈਟਰ ਆਫ ਅਕਸੈਪਟੈਂਸ ਦਾ ਬੱਚਿਆਂ ਨੂੰ ਪਤਾ ਹੀ ਹੋਣਾ ਕਿ ਉਦੋਂ ਆਉਂਦੀ ਹੈ ਜਦੋਂ ਆਪਾਂ ਫੀ ਪੇਮੈਂਟ ਕਰਦੇ ਕਾਲਜ ਕਹਿੰਦਾ ਹਾਂਜੀ ਮੈਂ ਇਹਨੂੰ ਅਕਸੈਪਟ ਕਰ ਲਿਆ ਤੂੰ ਆਪਣੀ ਫਾਈਲ ਐਮਬੈਸੀ ਚਲਾ ਦੇ ਜੇ ਹੁਣ ਮੈਂ ਐਸਡੀਐਸ ਕੈਟਾਗਰੀ ਦੀ ਗੱਲ ਕਰਾਂ ਸੋ ਐਲਓਏ ਬੱਚੇ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਆਪਣੀ ਫਾਈਲ ਦੇ ਵਿੱਚ ਲੱਗਦੀ ਆ ਸੋ ਰੀਸੈਂਟ ਐਮਬੈਸੀ ਨੇ ਵੀ ਕਿਹਾ ਸੀਗਾ ਕਿ 2022 ਪਾਸ ਆਊਟ ਰੀਸੈਂਟ ਪਾਸ ਆਊਟ ਬੱਚੇ ਜਿਨ੍ਹਾਂ ਦੇ ਹਜੇ ਰਿਜ਼ਲਟ ਨਹੀਂ ਆਇਆ ਆਪਣੇ ਪ੍ਰੋਡੈਕਟਰ ਸਕੋਰ ਨਾਲ ਵੀ ਫਾਈਲ ਲੌਂਚ ਕਰ ਸਕਦੇ ਆ ਵੀਜ਼ਾ ਲੈ ਸਕਦੇ ਆ ਤੁਸੀਂ ਆਪਣੀ ਕਰ ਸਕਦੇ ਆ ਬਟ ਤੇ ਬੱਚਿਆਂ ਨੇ ਬੜੀ ਤਿਆਰੀ ਖੇਚ ਲਈ ਸਾਡੇ ਕੋਲ 2022 ਪਾਸ ਆਊਟ ਸਰ ਬੱਚੇ ਬਹੁਤ ਆਏ ਕਿਉਂਕਿ ਪੰਜਾਬੀਆਂ ਦੀ ਕੈਨੇਡਾ ਪਹਿਲੀ ਪਸੰਦ ਆ ਸੋ ਬੱਚਾ ਅੱਜ ਦੀ ਜਿਹੇ ਚ ਜਦੋਂ ਵੀ ਪਾਸਵਰਡ ਆਉਂਦਾ ਸਿੱਧਾ ਕਿੱਥੇ ਜਾਂਦਾ ਸਿੱਧਾ ਹੀ ਹਾਲ ਸੈਂਟਰ ਐ ਸਿੱਧਾ ਹੀ ਕਨਸਲਟੈਂਟਸ ਕੋਲ ਕੀ ਹਾਂਜੀ ਜੀ ਗਾਈਡ ਕਰਦੇ ਉਹ ਕਹਿੰਦੇ ਅਸੀਂ ਲੇਟ ਨਾ ਹੋ ਜਾਈਏ ਪਰ ਮੇਰਾ ਇਹ ਮੰਨਣਾ ਲੇਟ ਹੋ ਜਾਈਏ ਕੋਈ ਗੱਲ ਨਹੀਂ ਬਟ ਵੀਜ਼ਾ ਲੈਣਾ ਆਪਾਂ ਸਿਰਫ ਖਰਾਬ ਨਹੀਂ ਹੋਣਾ ਤੇ ਉੱਥੇ ਅੱਜ ਉਹਨਾਂ ਨੇ ਇੱਕ ਕਲੈਰਿਟੀ ਦੇ ਦਿੱਤੀ ਉਰੇ ਤੇ ਹੋਰ ਕਲੈਰਿਟੀਆਂ ਵੀ ਨਿਕਲ ਗਈਆਂ ਤੇ ਐਲਓਏ ਦੇ ਅੱਜ ਮੈਂ ਤੁਹਾਨੂੰ ਹੋਰ ਕਲੈਰਿਟੀਆਂ ਵੀ ਦੇਣੀ ਆ ਮੈਂ ਸੋ ਇਹ ਵੀ ਬਰੀਕੀ ਨਾਲ ਆਪਣੀ ਐਲਓਏ ਜੂ ਚੈੱਕ ਕਰ ਲੈਣੀ ਆ ਪਹਿਲੀ ਦਾ ਐਮਬੈਸੀ ਨੋਟ ਵਿੱਚ ਕਹੇ ਤੀ ਕਿ ਜੇਕਰ ਤੁਹਾਡੀ ਐਲਓਏ ਤੇ ਕੋਈ ਕੰਡੀਸ਼ਨ ਲੱਗੀ ਹੋਈ ਤਾਂ ਵੀਜ਼ਾ ਨਹੀਂ ਆਉਣਾ ਸੋਰ ਨੇ ਸਾਫ ਬੋਲ ਕੇ ਕਿਹਾ ਸੋ ਬੇਟਾ ਕੰਡੀਸ਼ਨ ਕੁਡ ਬੀ ਐਨੀ ਕੰਡੀਸ਼ਨ ਕੁਛ ਵੀ ਹੋ ਸਕਦੀ ਕੰਡੀਸ਼ਨ ਕੀ ਹੋ ਸਕਦੀ ਆ ਜਿਹੜੇ ਪ੍ਰੈਡਿਕਟਡ ਸਕੋਰ ਵਾਲੇ ਬੇਟਾ ਇਹ ਵੀ ਕੰਡੀਸ਼ਨ ਨਹੀਂ ਲਗਣੀ ਆ ਕਿ ਤੁਹਾਡੀ ਫਾਈਨਲ ਡੀਐਮਸੀ ਚਾਹੀਦੀ ਆ ਜਾਂ ਕੁਛ ਆ ਸੋ ਕੰਡੀਸ਼ਨ ਇਹ ਵੀ ਲੱਗ ਜਾਨੀ ਐ ਸੋ ਜੇ ਅਪਲਾਈ ਕਰਨਾ ਦੇਖ ਲਿਓ ਐਲਓ ਤੇ ਕੋਈ ਕੰਡੀਸ਼ਨ ਨਾ ਹੋਵੇ ਤੇ ਕੰਡੀਸ਼ਨ ਕਈ ਬੱਚੇ ਨਾ ਇੱਕ ਕਈ ਚੀਜ਼ ਖਿਆਲ ਰੱਖਣ ਦੀ ਲੋੜ ਹੈ ਜਦੋਂ ਐਸਡੀਐਸ ਦੀ ਰਿਕੁਆਇਰਮੈਂਟ ਕੀ ਹੈ ਇੱਕ ਸਾਲ ਦੀ ਫੀ ਜੀਆਈਸੀ ਤੁਸੀਂ ਦਿੱਤੀ ਹੋਵੇ ਆਸ ਦੇ 6 ਬੈਂਡ ਆ ਮੇਰੇ 6 ਬੈਂਡ ਆ ਗਏ ਮੈਂ ਜੀਆਈਸੀ ਸਰਟੀਫਿਕੇਟ ਵੀ ਲਾਤਾ ਕਈ ਵਾਰੀ ਕਹਿੰਦਾ ਜੀ ਮੈਂ ਪਤਾ ਹੈ ਕਿ ਬਟ ਕਈ ਵਾਰੀ ਕੀ ਹੁੰਦਾ ਕਿ ਆਪਾਂ ਫੀਸ ਦਿੰਨੇ ਆ ਪਰ ਡਾਲਰ ਦੇ ਘੱਟ ਵੱਧ ਕਰਕੇ ਕਿਉਂਕਿ ਐਲਓ ਇਤੇ ਨਹੀਂ ਲਿਖਿਆ ਕਿ ਐਸਡੀਐਸ ਫਾਈਲ ਲਗਣੀ ਨੌਨ ਐਸਜੀਐਸ ਲਗਣੀ ਆ ਇਹ ਤੁਸੀਂ ਆਪ ਚੈੱਕ ਕਰਨੀ ਆ ਜਿੰਨੀ ਫੀਸ ਹੈਗੀ ਆ ਪੂਰੀ ਦਿੱਤੀ ਹੋਵੇ ਕਿਤੇ ਕੋਈ ਫੀਸ ਹੀ ਕੰਡੀਸ਼ਨ ਨਾਲ ਲਵਾ ਬੈਠੇ ਹੋਗੇ ਤੇ ਆਪਣੇ ਇਸੇ ਵੀ ਬੱਚਿਆਂ ਦਾ ਰੀਜ਼ਨ ਬੇਟਾ ਮੈਂ ਦੇਖਿਆ ਤੇ ਮੈਂ ਦੱਸੂਗਾ ਕਿ ਇਹ ਵੀ ਰੀ ਬੱਚਿਆਂ ਦੇ 100-100 ਜਾਂ 50-50 ਡਾਲਰ ਭਰਾ ਕੇ ਵੀ ਵੀਜ਼ੇ ਦੁਆਰਾ ਲੈ ਆ ਕਿਉਂਕਿ ਸਾਡਾ ਕੰਮ ਆ ਕਿ ਗਲਤੀ ਨਾ ਪ੍ਰੋਫਾਈਲ ਤੇ ਕੋਈ ਛੱਡੀਏ ਬਰੀਕੀ ਦੇ ਵਿੱਚ ਚੱਲ ਜੀਏ ਸੋ ਕਿਉਂਕਿ ਜਿਹੜੀ ਮੇਰੀ ਐਲਓਏ ਦੇ ਨਾਂ ਤੇ ਬੋਲਣਾ ਕਿਉਂਕਿ ਫੀ ਰਿਸਿਪਟ ਵੀ ਜਦੋਂ ਨਾਂ ਲੱਗਦੀ ਆ ਮੈਚ ਹੋਣੀ ਆ ਕਿ ਸਾਲ ਦੀ ਫੀਸ ਕਿੰਨੀ ਆ ਤੇ ਮੈਂ ਦਿੱਤੀ ਕਿੰਨੀ ਆ ਸੋ ਇੱਕ ਇਹ ਵੀ ਕੰਡੀਸ਼ਨ ਹੋ ਸਕਦੀ ਆ ਸੋ ਕੰਡੀਸ਼ਨ ਕੁਡ ਬੀ ਐਨੀ ਸੋ ਕਿਸੇ ਤਰ੍ਹਾਂ ਦੀ ਕੰਡੀਸ਼ਨ ਨਹੀਂ ਹੈਗੀ ਅਨਕੰਡੀਸ਼ਨਲ ਮੇਰੀ ਐਲਓ ਚਾਹੀਦੀ ਆ ਜਿਹੜੀ ਕਿ ਵੀਜ਼ਾ ਆਫੀਸਰ ਨੇ ਵੈਬਿਨਾਰ ਦੇ ਵਿੱਚ ਆਪ ਕਲੈਰਿਟੀ ਦਿੱਤੀ ਆ ਸੋ ਇਸ ਵੈਬਿਨਾਰ ਦੀ ਰਿਕਾਰਡਿੰਗ ਬੜਾ YouTube ਤੇ ਵੀ ਹੈਗੀਆਂ ਵਾ ਸੋ ਅੱਗੇ ਵੀ ਤੁਸੀਂ ਵੈਬਿਨਾਰ ਹੁੰਦੇ ਜਰੂਰ ਹਿੱਸਾ ਬਣਿਆ ਕਰੋ ਸੋ ਪੈਨਾਕਲ ਦਾ ਡੱਲਾ ਸਰ ਦੇ ਨਾਲ ਸਿਰਫ ਇੱਕੋ ਹੀ ਸਾਡਾ ਮੋਟਿਵ ਹੁੰਦਾ ਕਿ ਜਿਹੜੀ ਵੀ ਨੌਲੇਜ ਆਈ ਆ ਆਥੈਂਟੀਕੇਟ ਤੁਹਾਨੂੰ ਦਿੱਤੀ ਜਾਵੇ ਉਦਾਂ ਹੀ ਦਿੱਤੀ ਜਾਵੇ ਸੋ ਅਸੀਂ ਬੱਚਿਆਂ ਨੂੰ ਇੱਕ ਅਵੇਅਰ ਕਰ ਰਹੇ ਆ ਬਹੁਤ ਛੋਟੀ ਜੀ ਗੱਲ ਸੁਣਨ ਚ ਲੱਗ ਰਹੀ ਹੋਣੀ ਆ ਪਰ ਬਹੁਤ ਵੱਡਾ ਇੰਪੈਕਟ ਰੋਲ ਪਲੇ ਕਰਦੀ ਆ ਸੋ ਮੈਂ 2000 ਪਾਈਪਾਸ ਵੜਾ ਲੈਣੋਂ ਤਾਂ ਬਿਲਕੁਲ ਇੱਕ ਵਾਰੀ ਅਲਰਟ ਕਿਨੂੰ ਕਹਿ ਦਵਾ ਸਾਡੇ ਕੋਲ ਵੀ ਬੱਚੇ ਬਟ ਅਸੀਂ ਤਾਂ ਮਨਾ ਕਰ ਰਹੇ ਆ ਕਿ ਆਫਰ ਲੈਟਰ ਨਾਲੋਂ ਨਹੀਂ ਲਾਉਣੀ ਫਾਈਲ ਐਂਬੈਸੀ ਨਹੀਂ ਕਾਲੀ ਕਰਨੀ ਕਈ ਵਾਰੀ ਬੱਚੇ ਕਾਲੀ ਪੈ ਰਹੇ ਸਰ ਲਾਓ ਮੇਰੇ ਦੋਸਤ ਨੇ ਲਾਵੀ ਦਿੱਤੀ ਫਾਈਲ ਬਟਾ ਵੀਜ਼ਾ ਆ ਗਿਆ ਬਟ ਨਾਲ ਦੀ ਨਾਲ ਇਹ ਵੀ ਦੱਸ ਦਵਾ ਕਈ ਵਾਰੀ ਬੱਚੇ ਸਾਡੇ ਕੋਲ ਇਹ ਵੀ ਆਉਂਦੇ ਆ ਕਿ ਸਰ ਸੇਮ ਕਾਲਜ ਕੋਰਸ ਅਪਲਾਈ ਕੀਤਾ ਸੀ ਕੋਰਸ ਵੀ ਮਿਸਮੈਚ ਸੀਗਾ ਉਹਦੀ ਪ੍ਰੋਫਾਈਲ ਵੀ ਮਾੜੀ ਸੀ ਉਹਦਾ ਵੀਜ਼ਾ ਆ ਗਿਆ ਮੈਂ ਰਹਿ ਗਿਆ ਕੀ ਕਿਸੂਰ ਬੇਟਾ ਮੈਂ ਹਮੇਸ਼ਾ ਕਹਿੰਦਾ ਆਪਣਾ ਸੋਚੋ ਮੇਰੇ ਨਾਲ ਕੀ ਹੋਇਆ ਮੇਰਾ ਦੋਸਤ ਬਾ ਮੈਂ ਗਲਤ ਕੁਛ ਨਿਕਲ ਗਿਆ ਨਿਕਲ ਗਿਆ ਉਹਦਾ ਉਹਦਾ ਗੁੱਡ ਲੱਕ ਤੁਸੀਂ ਫਸ ਗਏ ਨਾ ਸੋ ਆਪਾਂ ਗਲਤੀ ਨਾ ਕਰੀਏ ਅੰਬੈਸੀਸ ਦੀਆਂ ਜਿਹੜੇ ਅਪਡੇਟ ਹੈਗੇ ਆ ਉਹਦੇ ਤੋਂ ਅਵੇਰ ਰਹੀਏ ਨਹੀਂ ਤੁਹਾਡਾ ਸਲਾਹਕਾਰ ਮੰਨਦਾ ਉਹਨੂੰ ਬੜਾ ਪ੍ਰੂਫ ਦਿਖਾਓ ਆ ਜਿਹੜੀਆਂ ਗੱਲਾਂ ਸੀ ਤੁਹਾਡੇ ਨੇ ਇਸ ਮੰਚ ਤੇ ਕਰਦੇ ਆ ਵਿਦ ਪ੍ਰੂਫ ਹੈ ਚੀਜ਼ਾਂ ਇਹਨਾਂ ਦੇ ਸਾਡੇ ਕੋਲ ਪ੍ਰੂਫ ਹੈਗੇ ਆ ਤੁਸੀਂ ਇਹਦੇ ਸਾਰੇ ਪ੍ਰੂਫ ਆਪ YouTube ਤੇ ਜਾ ਕੇ ਸਰਚ ਕਰ ਸਕਦੇ ਆ CIC ਦੀ ਆਫੀਸ਼ਲ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਆ ਹਮੇਸ਼ਾ ਅੰਬੈਸੀ ਦੀਆਂ ਗਾਇਡਲਾਈਨਸ ਨੂੰ ਫੋਲੋ ਫੋਲੋ ਕਰੋ ਕਿਉਂਕਿ ਵੀਜ਼ਾ ਅੰਬੈਸੀਰੀਆਂ ਗਾਇਡਲਾਈਨਸ ਨੂੰ ਆਣਾ ਪੁਰ ਕਿਸੇ ਨੂੰ ਨਹੀਂ ਆਉਣਾ ਸੋ ਉਮੀਦ ਕਰਦਾ ਇਸ ਐਲਓਏ ਨੂੰ ਵੀ ਤੁਸੀਂ ਹੁਣ ਬਰੀਕੀ ਦੇ ਵਿੱਚ ਸੀਰੀਅਸ ਨੋਟ ਦੇ ਲਵੋਗੇ ਤੇ ਉਮੀਦ ਕਰਦਾ ਐਲਓਏ ਤੇ ਕੰਡੀਸ਼ਨ ਨਾ ਕੋਈ ਹੋਵੇ ਤੇ ਰੱਬ ਕਰੇ ਤੁਹਾਡਾ ਵੀਜ਼ੇ ਦਾ ਵੀ ਵੱਧ ਤੋਂ ਵੱਧ ਤਰਜੀਹ ਸਾਡੀਆਂ ਉਮੀਦਾਂ ਬਣੀਆਂ ਜਰੂਰ ਹਨ ਇੱਕ ਤੀਸਰੀ ਚੀਜ਼ ਇੰਪੋਰਟੈਂਟ ਮੈਂ ਕਹਿ ਰਿਹਾ ਕਿ ਐਲਓਏ ਤੁਹਾਡੀ ਅਪਡੇਟ ਹੋਣੀ ਵੀ ਬਹੁਤ ਜ਼ਰੂਰੀ ਹੈ ਅਪਡੇਟ ਮਤਲਬ ਮਤਲਬ ਕਿ ਜਿਹੜਾ ਮੈਂ ਕਿਹੜੇ ਇਨਟੇਕ ਲਈ ਚੱਲਾਂ ਹੁਣ ਬੱਚੇ ਮੈਂ ਕਹਿੰਦੇ ਨੇ ਆਪਾਂ ਕਿਸੇ ਦੀਆਂ ਗਲਤੀਆਂ ਤੋਂ ਸਿੱਖੀਏ ਆਪ ਗਲਤੀਆਂ ਕਰਕੇ ਲੋਕਾਂ ਨੂੰ ਨਾ ਸਿਖਾਈਏ ਕਿਉਂਕਿ ਪਿਛਲੇ ਇਨਟੇਕ ਵਿੱਚ ਦੇਖਿਆ ਗਿਆ ਬੱਚਿਆਂ ਦੀਆਂ ਫਾਈਲ ਉਨ੍ਹਾਂ ਦਾ ਕੋਈ ਕਸੂਰ ਨਹੀਂ ਸਣਾਉਣ ਦੇ ਏਜੰਟ ਦਾ ਕਸੂਰ ਸੀ ਕਾਲਜ ਨੇ ਡੈਫਰ ਲੈਟਰ ਹੀ ਨਹੀਂ ਦਿੱਤੀਆਂ ਕਹਿੰਦੇ ਇਹਦੀ ਸਾਡੀ ਦਾ ਡੈਫਰ ਲੈਟਰ ਮਈ ਦੇ ਤੁਸੀਂ ਮਈ ਮਹੀਨੇ ਅਪਲਾਈ ਕਰਿਓ ਬੱਚੇ ਦੀ ਜਿਹੜੀ ਆ ਪੇਪਰਲ ਮਹੀਨੇ ਹੋ ਗਿਆ ਸੋ ਬੇਟਾ ਉਹੀ ਇੱਕ ਰੀਜ਼ਨ ਦੇਖਿਆ ਗਿਆ ਕਿ ਜਿਹੜੇ ਸਿਰੇ ਤੇ ਫਾਈਲਾਂ ਮੈਂ ਕਿਹਾ ਲਾਸਟ ਮੂਮੈਂਟ ਦੇ ਆਈਆਂ ਬੱਚਿਆਂ ਦੀਆਂ ਫਾਈਲਾਂ ਤੇ ਉਹ ਬੱਚਿਆਂ ਦਾ ਨੁਕਸਾਨ ਜ਼ਰੂਰ ਹੋਇਆ ਸੋ ਮੈਂ ਕਹੂੰਗਾ ਕਿ ਜਿਹੜੇ ਬੱਚਿਆਂ ਨੇ ਹੁਣ ਸਪਟੰਬਰ ਇਨਟੇਕ ਅਪਲਾਈ ਕਰਨਾ ਜੇ ਤੁਹਾਨੂੰ ਲੱਗ ਰਿਹਾ ਤੁਹਾਡਾ ਰਿਜ਼ਲਟ ਡਿਲੇ ਹੋ ਰਿਹਾ ਸੋ ਬਿਨਾ ਲਾਲਚ ਨਹੀਂ ਕਰਨਾ ਕਿ ਮੇਰਾ ਹੁਣ ਮੈਂ ਸਪਟੰਬਰ ਚ ਨਹੀਂ ਗਿਆ ਹੇ ਰੱਬ ਕਾਇਮਲੀ ਪਹਿਲਾਂ ਹੀ ਡੈਫਰ ਕਰਾ ਲਿਓ ਚਾਹੇ ਜਨਵਰੀ ਦੀ ਸੀਟ ਮਿਲੇ ਨਾ ਮਿਲੇ ਮਈ ਚ ਲੈ ਲਿਓ ਸੀਟਾਂ ਵੀਜ਼ਾ ਲੈ ਲਿਓ ਕਿਉਂਕਿ ਇਹ ਵੀ ਇੱਕ ਰਿਫਿਊਜ਼ਲ ਦਾ ਰੀਜ਼ਨ ਬਣ ਸਕਦਾ ਸੋ ਤਿੰਨ ਚੀਜ਼ਾਂ ਐਲਓ ਤੇ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਚਾਹੀਦੀ ਚਾਹੇ ਤੁਹਾਡੀ ਡੀਐਮਸੀ ਐਲਓ ਤੇ ਆਪਣੀ ਫੀ ਵੀ ਚੈੱਕ ਕਰ ਲੈਣੀ ਤੀਸਰੀ ਤੁਹਾਡੀ ਐਲਓ ਐਮਬੈਸੀ ਦੇ ਵਿੱਚ ਅਪਡੇਟ ਹੋਣੀ ਬਹੁਤ ਜਿਆਦਾ ਜ਼ਰੂਰੀ ਆ ਸਹੀ ਵਾਲੀ ਜੇ ਤੁਸੀਂ ਆਨਲਾਈਨ ਕਲਾਸਿਸ ਵੀ ਲਾ ਰਹੇ ਆ ਦੈਨ ਵੀ ਐਮਬੈਸੀ ਨੂੰ ਦੱਸੋ ਕਿ ਹਾਂਜੀ ਮੇਰਾ ਸਟੇਟਸ ਇਹ ਆ ਸੋ ਆਪਾਂ ਆਪਣੀ ਫਾਈਲ ਦੇ ਕਮੀ ਨਾ ਛੱਡੀਏ ਪ੍ਰੋਪਰ ਅਪਡੇਟ ਰਹੀਏ ਤੇ ਵਾਈ ਗੁਰੂਗੁਰੇ ਹ ਆਉਂਦੀਆਂ ਉਹੜੀਆਂ ਉਮੀਦਾਂ ਬਹੁਤ ਜ਼ਿਆਦਾ ਵੱਜਣ। ਬਿਲਕੁਲ ਠੀਕ ਹੈ ਜੀ। ਸੋ ਐਲਓਏ ਨੂੰ ਲੈ ਕੇ ਬਹੁਤ ਜ਼ਿਆਦਾ ਸਾਵਧਨ ਸਾਵਧਾਨ ਹੋਣ ਦੀ ਜ਼ਰੂਰਤ ਹੈ ਵਿਦਿਆਰਥੀਆਂ ਨੂੰ ਔਰ ਮੈਨੂੰ ਲੱਗਦਾ ਹੈ ਕਿ ਜ਼ਰੂਰ ਵਿਦਿਆਰਥੀਆਂ ਨੂੰ ਮਦਦ ਮਿਲੇਗੀ 85578 85578 ਇਸ ਟੈਲੀਫੋਨ ਨੰਬਰ ਤੇ ਤੁਰੰਤ ਤੁਸੀਂ ਫੋਨ ਕਰੋ ਕੋਈ ਕਨਫਿਊਜ਼ਨ ਹੈ ਕੋਈ ਕਲੈਰਿਟੀ ਚਾਹੀਦੀ ਹੈ ਤਾਂ ਵੀ ਇਸ ਨੰਬਰ ਤੇ ਫੋਨ ਕਰੋ ਜਲੰਧਰ ਤੀਰਤ ਸਿੰਘ ਪਨਾਕਲ ਖੁਦ ਮਿਲਦੇ ਨੇ ਜਲੰਧਰ ਜਾ ਕੇ ਪਰਸਨਲੀ ਮਿਲੋ ਇੱਕ ਵਾਰ ਮਿਲੋਗੇ ਉਹਦੇ ਨਾਲ ਤੁਹਾਨੂੰ ਹੋਰ ਹੌਸਲਾ ਮਿਲੇਗਾ। बहुत बहुत धन्यवाद तिर जी